ਹੁਣ ਤੁਸੀਂ ਸੁਣੋਗੇ ਅਮਰਤਾ ਪ੍ਰੀਤਮ ਦੀ ਕਹਾਣੀ ਜੰਗਲੀ ਬੂਟੀ ਅੰਗੂਰੀ ਮੇਰੇ ਗਵਾਂਡੀਆਂ ਦੇ ਗਵਾਂਡੀਆਂ ਦੇ ਗਵਾਂਡੀਆਂ ਦੇ ਘਰ ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਬੀ ਹੈ ਇੱਕ ਤਾਂ ਨਮੀ ਇਸ ਗੱਲੋਂ ਕਿ ਉਹ ਆਪਣੇ ਖਵੰਦ ਦੀ ਦੂਜੀ ਬੀਬੀ ਹੈ ਸੋਸ ਦਾ ਖਵੰਦ ਦਹਾਜੂ ਹੋਇਆ ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ ਦੂਸਰੀ ਜੂਨ ਨੇ ਪੈ ਚੁੱਕਾ ਬੰਦਾ ਜਾਣੀ ਦੂਸਰੇ ਵਿਆਹ ਦੀ ਜੂਨ ਵਿੱਚ ਤੇ ਅੰਗੂਰੀ ਕਿਉਂਕਿ ਜੀ ਵਿਆਹ ਦੀ ਪਹਿਲੀ ਜੂਨ ਵਿੱਚ ਅਸਲੀ ਨਵੀ ਹੋਈ ਤੇ ਦੂਸਰੀ ਉਹ ਇਸ ਗੱਲੋਂ ਵੀ ਨਵੀ ਐ ਕਿ ਉਸ ਦਾ ਮਕਲਾਵਾ ਆਇਆ ਅਜੇ ਜਿੰਨੇ ਕੁ ਮਹੀਨੇ ਹੋਏ ਹਨ ਉਹ ਸਾਰੇ ਮਹੀਨੇ ਰਲ ਕੇ ਵੀ ਇੱਕ ਬਰਾ ਨਹੀਂ ਬਣੇ ਪੰਜ ਛੇ ਬਰੇ ਹੋਏ ਪ੍ਰਭਾਤੀ ਜਦੋਂ ਆਪਣੇ ਮਾਲਕ ਤੋਂ ਛੁੱਟੀ ਲੈ ਕੇ ਆਪਣੀ ਪਹਿਲੀ ਬੋਟੀ ਦੀ ਕਿਰਿਆ ਕਰਨ ਲਈ ਆਪਣੇ ਪਿੰਡ ਗਿਆ ਸੀ ਤਾਂ ਕਹਿੰਦੇ ਹਨ ਕਿ ਕਿਰਿਆ ਵਾਲੇ ਦਿਨ ਸੰਗੂਰੀ ਦੇ ਪਿਤਾ ਨੇ ਉਸ ਦਾ ਪਰਨਾ ਨਚੋੜ ਦਿੱਤਾ ਸੀ ਕਿਸੇ ਵੀ ਮਰਦ ਦਾ ਇਹ ਪਰਨਾ ਭਾਵੇਂ ਆਪਣੀ ਔਰਤ ਦੀ ਮੌਤ ਉੱਤੇ ਅਥਰੂਆਂ ਨਾਲ ਨਹੀਂ ਭਜਿਆ ਹੁੰਦਾ ਚੌਥੇ ਵਾਲੇ ਦਿਨ ਜਾਂ ਕਿਰਿਆ ਵਾਲੇ ਦਿਨ ਹਾ ਕੇ ਪਿੰਡਾ ਪਹੁੰਚਣ ਤੋਂ ਪਿੱਛੋਂ ਇਹ ਪਰਨਾ ਪਾਣੀ ਨਾਲ ਹੀ ਗਿੱਲਾ ਹੁੰਦਾ ਹੈ ਪਰ ਸਧਾਰਨ ਜਿਹੇ ਪਿੰਡੂ ਰਸਮ ਨਾਲ ਕਿਸੇ ਹੋਰ ਕੁੜੀ ਦਾ ਪਿਓ ਉੱਠ ਕੇ ਜਦੋਂ ਇਹ ਪਰਨਾ ਨਚੋੜ ਦਿੰਦਾ ਹੈ ਤਜਵੇਂ ਆਖ ਰਿਹਾ ਹੁੰਦਾ ਏ ਉਸ ਮਰਨ ਵਾਲੀ ਦੀ ਥਾਂ ਮੈਂ ਤੈਨੂੰ ਆਪਣੀ ਧੀ ਦਿੰਦਾ ਹਾਂ ਹੁਣ ਤੈਨੂੰ ਰੋਣ ਦੀ ਲੋੜ ਨਹੀਂ ਮੈਂ ਤੇਰੇ ਅਥਰੂਆਂ ਨਾਲ ਭਿੱਜਿਆ ਹੋਇਆ ਪਰਨਾ ਵੀ ਸੁਕਾ ਦਿੱਤਾ ਹੈ ਇੰਜ ਪ੍ਰਵਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ ਪਰ ਇੱਕ ਤਾਂ ਅੰਗੂਰੀ ਅਜੇ ਉਮਰ ਦੀ ਛੋਟੀ ਸੀ ਤੇ ਦੂਸਰਾ ਅੰਗੂਰੀ ਦੀ ਮਾਂ ਜੂੜੀ ਦੇ ਰੋਗ ਨਾਲ ਬੱਜੀ ਹੋਈ ਸੀ ਇਸ ਲਈ ਮਕਲਾਵੇ ਵਾਲੀ ਗੱਲ ਪੰਜਾਂ ਬਰਿਆਂ ਉੱਤੇ ਪੈ ਗਈ ਫਿਰ ਇੱਕ ਇੱਕ ਕਰਕੇ ਪੰਜ ਬਰੇ ਵੀ ਲੰਘ ਗਏ ਤੇ ਇਸ ਵਾਰੇ ਜਦੋਂ ਪ੍ਰਭਾਤੀ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਆਪਣਾ ਮਕਲਾਵਾ ਲੈਣ ਲਈ ਗਿਆ ਸੀ ਤਾਂ ਆਪਣੇ ਮਾਲਕਾਂ ਨੂੰ ਪਹਿਲੋ ਹੀ ਕਹਿ ਗਿਆ ਸੀ ਕਿ ਉਹ ਜਾਂ ਤਾਂ ਆਪਣੀ ਬੋਟੀ ਨੂੰ ਵੀ ਨਾਲ ਲਿਆਵੇਗਾ ਤੇ ਸ਼ਹਿਰ ਵਿੱਚ ਆਪਣੇ ਕੋਲ ਰੱਖੇਗਾ ਤੇ ਜਾਂ ਉਹ ਵੀ ਪਿੰਡੋਂ ਨਹੀਂ ਮੁੜਨ ਲੱਗਾ ਮਾਲਕ ਪਹਿਲਾਂ ਤਾਂ ਦਲੀਲੀ ਪੈ ਗਏ ਸਨ ਕਿਉਂਕਿ ਇੱਕ ਪ੍ਰਭਾਤੀ ਦੀ ਥਾਂਵੇਂ ਆਪਣੇ ਚੌਂਕੇ ਵਿੱਚੋਂ ਦੋ ਜਣਾਂ ਨੂੰ ਰੋਟੀ ਨਹੀਂ ਸੰਦ ਦੇਣਾ ਚਾਹੁੰਦੇ ਪਰ ਜਦੋਂ ਪ੍ਰਭਾਤੀ ਨੇ ਇਹ ਗੱਲ ਆਖੀ ਕਿਉਂ ਉਹਦੀ ਅੰਗੂਰੀ ਕੋਠੜੀ ਦੇ ਪਿਛਲੇ ਕੱਚੇ ਥਾਂ ਨੂੰ ਲੱਪ ਪੋਚ ਕੇ ਆਪਣਾ ਵੱਖਰਾ ਚੁੱਲ੍ਹਾ ਬਣਾਏਗੀ ਆਪਣਾ ਪਕਾਏਗੀ ਆਪਣਾ ਖਾਏਗੀ ਤਾਂ ਉਹਦੇ ਮਾਲਕੇ ਗੱਲ ਮੰਨ ਗਏ ਸਨ ਸੋ ਅੰਗੂਰੀ ਮਕਲਾਵੇ ਫੇਰੇ ਸ਼ਹਿਰ ਆ ਗਈ ਸੀ ਭਾਵੇਂ ਅੰਗੂਰੀ ਨੇ ਸ਼ਹਿਰ ਆਣ ਕੇ ਕੁਝ ਦਿਨ ਮੁਹੱਲੇ ਦੇ ਮਰਦਾਂ ਕੋਲੋਂ ਤਾਂ ਕੀ ਮੁਹੱਲੇ ਦੀਆਂ ਔਰਤਾਂ ਕੋਲੋਂ ਵੀ ਘੁੰਟ ਨਹੀਂ ਛਿਲਾਇਆ ਪਰ ਫਿਰ ਹੌਲੀ-ਹੌਲੀ ਹਸਤਾ ਘੁੰਡ ਉਪਰਾ ਗਿਆ ਉਹ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾਂ ਪਾ ਕੇ ਸ਼ਣਕਮਣਕ ਕਰਦੀ ਮਹੱਲੇ ਦੀ ਰੌਣਕ ਬਣ ਗਈ ਇੱਕ ਝਾਂਜਰਾ ਉਹਦੇ ਪੈਰਾਂ ਵਿੱਚ ਪਾਈਆਂ ਹੁੰਦੀਆਂ ਇੱਕ ਉਹਦੇ ਹਾਸੇ ਵਿੱਚ ਭਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿੱਚ ਹੀ ਰਹਿੰਦੀ ਪਰ ਜਦੋਂ ਵੀ ਬਾਹਰ ਨਿਕਲਦੀ ਇੱਕ ਰੌਣਕ ਉਹਦੇ ਪੈਰਾਂ ਦੇ ਨਾਲ-ਨਾਲ ਤੁਰਦੀ ਜੇ ਕਿਆ ਪੈਣਾ ਹੈ ਅੰਗੂਰੀ ਜੇ ਤੋ ਮੇਰੇ ਪੈਰੋਂ ਕੀ ਸ਼ੈਲ ਚੂੜੀ ਹੈ ਉਹ ਔਰ ਜੇ ਉਂਗਲੀਆਂ 'ਮੇ ਜੇ ਤੋ ਬਿਸ਼ਵਾ ਹੈ ਔਰ ਜੇ ਬਾਹਾਂੋਂ ये तो पशेला है और माथे पर अलीबंद कहते हैं इसे आज तूने कमर में कुछ नहीं पहना तगड़ी बहुत भारी लागत है कल को पहनूंगी आज तो मैंने तोक भी नहीं पहना उसका तांका टूट गया है कल शहर में जाऊंगी टंका भी लवाऊंगी मेरे नाक को नक्शा भी था इतना बड़ा मेरी सास ने दिया नहीं इन जंगूरी अपने चांदी के गहने एक मड़क न ਕਮੜ ਕਨਾ ਬਖਾਂਦੀ ਸੀ ਪਿੱਛੇ ਜਿਹੇ ਜਦੋਂ ਰੁੱਤ ਫਰੀ ਸੀ ਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਿਹੀ ਕੋਠੜੀ ਵਿੱਚ ਹੁੱਸੜ ਲੱਗਣ ਲੱਗ ਪਿਆ ਸੀ ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬੈੰਦੀ ਮੇਰੇ ਘਰ ਦੇ ਅੱਗੇ ਨਹਿਮ ਦੇ ਵੱਡੇ ਵੱਡੇ ਰੌਖ ਹਨ ਤੇ ਇਹਨਾਂ ਰੌਖਾਂ ਦੇ ਕੋਲ ਜਰਾ ਕੋਚੀ ਥਾਂ 'ਮੇ ਇੱਕ ਪੁਰਾਣਾ ਖੂਹ ਹੈ ਭਾਵੇਂ ਮਹੱਲੇ ਦਾ ਕੋਈ ਵੀ ਬੰਦਾ ਇਸ ਖੂਹ ਵਿੱਚੋਂ ਪਾਣੀ ਨਹੀਂ ਪਰਦਾ ਪਰ ਪਾਰਲੇ ਪਾਸੇ ਇੱਕ ਸਰਕਾਰੀ ਸੜਕ ਬਣਦੀ ਪਈ ਹੈ ਉਸ ਸੜਕ ਦੇ ਮਜ਼ਦੂਰ ਕਈ ਵਾਰ ਇਸ ਖੂਹ ਨੂੰ ਗੇੜ ਲੈਂਦੇ ਹਨ ਜਿਸ ਲਈ ਖੂਹ ਦੇ ਆਲੇ-ਦੁਆਲੇ ਅਕਸਰ ਪਾਣੀ ਡੁੱਲਿਆ ਹੁੰਦਾ ਤੇ ਇਹ ਥਾਂ ਬੜੀ ਠੰਡੀ ਰਹਿੰਦੀ ਹੈ। "ਕਿਆ ਪੜਤੀ ਹੋ ਬੀਬੀ ਜੀ?" ਇੱਕ ਦਿਨ ਜਦੋਂ ਅੰਗੂਰੀ ਆਈ ਮੈਂ ਨੰਮ ਦੇ ਰੌਖੇਟ ਬੈ ਕੇ ਇੱਕ ਕਿਤਾਬ ਪੜਦੀ ਪਈ ਸਾਂ। "ਤੂੰ ਪੜੋਗੀ?" "ਮੈਨੂੰ ਕੋ ਪੜਨ ਨਹੀਂ ਆਤਾ।" "ਸਿੱਖ ਲੋ।" "ਨਾ।" "ਕਿਉਂ?" ਔਰਤ ਨੂੰ পাপ ਲੱਗਦਾ ਹੈ ਪੜ੍ਹਨ ਸ। ਔਰਤ ਨੂੰ পাপ ਲੱਗਦਾ ਹੈ, ਮਰਦ ਨੂੰ ਨਹੀਂ ਲੱਗਦਾ। ਨਾ, ਮਰਦ ਨੂੰ ਨਹੀਂ ਲੱਗਦਾ। ਜੇ ਤੁਮਕੋ ਕਿਸਨੇ ਕਿਹਾ ਹੈ, ਮੈਂ ਜਾਣਦੀ ਹੂੰ। ਫਿਰ ਮੈਂ ਤਾਂ ਪੜ੍ਹਦੀ ਹੂੰ, ਮੁਝੇ পাপ ਲੱਗੇਗਾ। ਸ਼ਹਿਰ ਕੀ ਔਰਤੋ ਕੋ পাপ ਨਹੀਂ ਲੱਗਦਾ। ਗਾਂਵ ਕੀ ਔਰਤੋ ਕੋ পাপ ਲੱਗਦਾ। ਮੈਂ ਵੀ ਹੱਸ ਪਈ ਤੇ ਅੰਗੂਰੀ ਵੀ। ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀ, ਉਹਦੇ ਵਿੱਚ ਉਸਨੂੰ ਕੋਈ ਸ਼ੰਕਾ ਨਹੀਂ। ਐਸਲੀ ਨੂੰ ਕੁਝ ਵੀ ਨਾ ਆਖਿਆ। ਜਾਪਿਆ ਉਹ ਜੇ ਹਸਦੀ ਖੇਡਦੀ ਆਪਣੀ ਕੀਮਤਾਂ ਨਾਲ ਸੁખી ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ। ਉੰਜ ਮੈਂ ਅਗੂਰੀ ਦੇ ਮੂੰਹ ਵੱਲ ਨੀਂ ਜਲਾ ਕੇ ਤੱਕਦੀ ਰਹੀ। ਡਾਡੇ ਛੌਲੇ ਰੰਗ ਵਿੱਚ ਉਹਦੇ ਪਿੰਡੇ ਦਾ ਮਾਸ ਗੁੰਨਿਆ ਹੋਇਆ ਸੀ। ਆਖਦੇ ਹਨ ਔਰਤ ਆਟੇ ਦੀ ਟਾਣ ਹੁੰਦੀ ਹੈ ਪਰ ਕਈਆਂ ਦੇ ਪਿੰਡੇ ਦਾ ਮਾਸ ਉਸ ਢਿੱਲੇ ਆਟੇ ਵਾਂਗ ਹੁੰਦਾ ਹੈ ਜਿਦੀ ਰੋਟੀ ਕਦੇ ਵੀ ਗੋਲ ਨਹੀਂ ਬਿਲਦੀ। ਤੇ ਕਈਆਂ ਦੇ ਪਿੰਡੇ ਦਾ ਮਾਸ ਨਿਰਖ ਮੀਰੇ ਆਟੇ ਵਰਗਾ ਜਿਹਨੂੰ ਬੇਲਣੇ ਨਾਲ ਬੇਲਿਆ ਹੀ ਨਹੀਂ ਜਾ ਸਕਦਾ ਸਿਰਫ ਕਿਸੇ ਕਿਸੇ ਦੇ ਪਿੰਡੇ ਦਾ ਮਾਸ ਇੰਜ ਪੀੜਾ ਗੁੰਨਿਆ ਹੁੰਦਾ ਕਿ ਰੋਟੀ ਤਾਂ ਕੀ ਭਾਵੇਂ ਪੂਰੀਆਂ ਬੇਲ ਲਵੋ ਮੈਂ ਅੰਗੂਰੀ ਦੇ ਮੂੰਹ ਵੱਲ ਤੱਕਦੀ ਰਹੀ ਅੰਗੂਰੀ ਦੀ ਛਾਤੀ ਵੱਲ ਅੰਗੂਰੀ ਦੀਆਂ ਬਾਹਾਂ ਵੱਲ ਅੰਗੂਰੀ ਦੀਆਂ ਪਿੰਨੀਆਂ ਵੱਲ ਉਹ ਐਡੇ ਪੀੜੇ ਮੈਦੇ ਵਾਂਗੂ ਨਹੀਂ ਹੋਈ ਸੀ ਜਿਹਦੇ ਨਾਲ ਮਠੀਆਂ ਤਲੀਆਂ ਜਾ ਸਕਦੀਆਂ ਸਨ ਤੇ ਮੈਂ ਅੰਗੂਰੀ ਦਾ ਪ੍ਰਭਾਤੀ ਵੀ ਧੱਕਿਆ ਹੋਇਆ ਸੀ ਮਧਰੇ ਕੱਦ ਦਾ ਟਲਕੇ ਮੂੰਹ ਦਾ ਬੱਠਲ ਜ ਤੇ ਫਿਰ ਅੰਗੂਰੀ ਦੇ ਰੂਪ ਵੱਲ ਵੇਖ ਕੇ ਉਸ ਦੇ ਖਵੰਦ ਬਾਰੇ ਇੱਕ ਅਜੀਬ ਤੁਲਨਾ ਸੁੱਜੀ ਕਿ ਪ੍ਰਭਾਤੀ ਅਸਲ ਵਿੱਚ ਆਟੇ ਦੀ ਸਪੀੜੀ ਗੁੱਜੀ ਔਰਤ ਨੂੰ ਪਕਾ ਕੇ ਖਾਣ ਦਾ ਹੱਕਦਾਰ ਨਹੀਂ ਉਹ ਇਸ ਤੌਣ ਨੂੰ ਕੱਜ ਕੇ ਰੱਖਣ ਵਾਲਾ ਪੋਣਾ ਹੈ ਇਸ ਤੁਲਨਾ ਨਾਲ ਮੈਨੂੰ ਅਪਿਹਾਸਾ ਹੀ ਆ ਗਿਆ ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾਂ ਦੇਣੀ ਚਾਹੁੰਦੀ ਐਸਲੀ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ। ਮਾਪਿਆਂ ਦੀਆਂ, ਪੈਣਾ ਭਰਾਵਾਂ ਦੀਆਂ, ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦੇ ਆਂ। ਮੈਂ ਉਹਨੂੰ ਪੁੱਛਿਆ, "ਗੂਰੀ, ਤੁਹਾਡੇ گاؤں میں ਸ਼ਾਦੀ کیسے ਹੁੰਦੀ ਹੈ?" "ਲੜਕੀ ਛੋਟੀ ਸੀ ਹੁੰਦੀ ਹੈ, 5-7 ਸਾਲ ਦੀ।" "ਜਦੋਂ ਉਹ ਕਿਸੇ ਕੇ ਪਾਉ ਪੂਜ ਲੇਤੀ ਹੈ?" "ਕੈਸੇ ਪੂਜਦੀ ਹੈ ਪਾਉ?" "ਲੜਕੀ ਦਾ ਬਾਪ ਜਾਂਦਾ ਹੈ, ਫੁੱਲਾਂ ਦੀ ਇੱਕ ਥਾਲੀ ਲੈ ਜਾਂਦਾ ਹੈ।" साथ में रुपए और लड़के के आगे रख देता है ये तो एक तरह से बाप ने पांव पूज लिए, लड़की ने कैसे पूजे लड़के की तरफ से तो पूजे पर लड़की ने तो उसको देखा भी नहीं लड़कियाँ नहीं देखती लड़कियाँ अपने होने वाले खावांद को नहीं देखती ना कोई भी लड़की नहीं देखती ना पहला तो ने ना आखी पर फिर कौ सोच सोच के आखण लगी ਜੋ ਲੜਕੀਆਂ ਪ੍ਰੇਮ ਕਰਦੀਆਂ ਹਨ ਉਹ ਦੇਖਦੀਆਂ ਤੇ ਤੁਹਾਡੇ گاؤں ਮੇ ਲੜਕੀਆਂ ਪ੍ਰੇਮ ਕਰਦੀਆਂ ਕੋਈ ਕੋਈ ਜੋ ਪ੍ਰੇਮ ਕਰਦੀਆਂ ਉਸ ਕੋ ਪਾਪ ਨਹੀਂ ਲੱਗਦਾ ਮੈਨੂੰ ਅਸਲ ਵਿੱਚ ਅੰਗੂਰੀ ਦੀ ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਔਰਤਾਂ ਨੂੰ ਪੜਨ ਨਾਲ ਪਾਪ ਲੱਗਦਾ ਹੈ ਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਾ ਵੀ ਪਾਪ ਲੱਗਦਾ ਹੋਵੇਗਾ ਪਾਪ ਲੱਗਦਾ ਹੈ ਬੜਾ ਪਾਪ ਲੱਗਦਾ ਹੈ ਅੰਗੂਰੀ ਨੇ ਸ਼ੇਤੀ ਨਾਲ ਆਖਿਆ ਅਗਰ ਪਾਪ ਲੱਗਦਾ ਹੈ तो फिर वो क्यों प्रेम करती है? बात यह होती है कि कोई आदमी जब किसी छोकरी को कुछ खिला देता है तो वह उससे प्रेम करने लग जाती है कोई क्या खिला देता है उसको एक जंगली बूटी होती है बस वही पान में डाल के या मिठाई में डाल के खिला देता है फिर उसे वही अच्छा लगता है दुनिया का और कुछ भी अच्छा नहीं लगता सच मैं जानती हूँ मैंने अपनी आंखों से देखा है किसे देखा था मेरी एक सखी थी इतनी बड़ी थी मेरे से फिर फिर क्या वो पागल हो गई उसके पीछे शहर चली गई उसके साथ ये तुम्हें कैसे मालूम है कि तेरी सखी को उसने बूटी खिलाई थी बर्फ में डाल के खिलाई थी और नहीं तो क्या वो ऐसे ही अपने माँ बाप को छोड़ के चली जाती वो उसको बहुत चीजें लाकर देता था शहर से धोती लाता था चूड़ियां लाता था शीशे की और मोतियों की गानी भी ये तो चीजें हुई ना, पर जे तुम्हें कैसे मालूम है कि उसने जंगली बूटी खिलाई थी नहीं खिलाई थी तो फिर वो उसको प्रेम क्यों करने गई प्रेम तो यूं ही हो जाता है नहीं ऐसे नहीं होता जिससे माँ बाप बुरा मान जाए भला उससे प्रेम कैसे हो सकता है तूने वो जंगली बूटी देखी है मैंने नहीं देखी वह तो बड़ी दूर से लाते हैं फिर छुपा के मिठाई में डाल देते हैं जब पान में डाल देते हैं मेरी तो माँ ने पहले ही बता दिया था कि किसी के हाथ से मिठाई नहीं खाना तूने बहुत अच्छा किया कि किसी के हाथ से मिठाई नहीं खाई पर तेरी उस सखी ने कैसे खा ली अपना किया पाएगी किया पाएगी ਕਹਿਣ ਨੂੰ ਤਾਂ ਗੁਰੀ ਨੇ ਕਹਿ ਦਿੱਤਾ ਪਰ ਫਿਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆ ਦੁਖੇ ਹੋਏ ਮਨ ਨਾਲ ਆਖਣ ਲੱਗੀ ਬਾਵਰੀ ਹੋ ਗਈ ਥੀ ਵਿਚਾਰੀ بالوں 'ਮੈਂ ਕੰਗੀ ਵੀ ਨਹੀਂ ਲਗਾਤੀ ਥੀ ਰਾਤ ਕੋ ਉੱਠ ਉੱਠ ਕੇ ਗਾਣੇ ਗਾਤੀ ਥੀ ਕਿਆ ਗਾਤੀ ਥੀ ਪਤਾ ਨਹੀਂ ਕਿਆ ਗਾਤੀ ਥੀ ਜੋ ਕੋਈ ਬੂਟੀ ਖਾ ਲੇਤੀ ਹੈ ਬਹੁਤ ਗਾਤੀ ਹੈ ਰੋਤੀ ਵੀ ਬਹੁਤ ਗੱਲ ਗੌਣ ਤੋਂ ਰੋਣ ਤੇ ਆ ਪਹੁੰਚੀ। ਐਸ ਲਈ ਮੈਂ ਅੰਗੂਰੀ ਨੂੰ ਹੋਰ ਕੁਛ ਨਾ ਪੁੱਛਿਆ। ਤੇ ਹਣ ਥੋੜੇ ਜੇ ਦਿਨਾਂ ਦੀ ਗੱਲ। ਇੱਕ ਦਿਨ ਅੰਗੂਰੀ ਨੰਮ ਦੇ ਰੌਕੇ ਠਾਣ ਕੇ ਚੁੱਪਚਾਪ ਮੇਰੇ ਕੋਲ ਖਲੋਗੀ। ਅੱਗੇ ਜਦੋਂ ਅੰਗੂਰੀ ਆਉਂਦੀ ਹੁੰਦੀ ਸੀ ਤਾਂ ਛਣ ਛਣ ਕਰਦਾ। ਬੀ ਗਜ ਪਰਿਓਂ ਹੀ ਉਹਦੇ ਆਉਣ ਦਾ ਖੜਾਕ ਸੁਣਾਈ ਦੇ ਜਾਂਦਾ ਸੀ। ਪਰ ਅੱਜ ਉਹਦੇ ਪੈਰਾਂ ਦੀਆਂ ਝਾਂਜਰਾਂ ਪਤਾ ਨਹੀਂ ਕਿੱਥੇ ਗਵਾਚੀਆਂ ਹੋਈਆਂ ਸਨ। ਮੈਂ ਕਿਤਾਬ ਉੱਤੋਂ ਸਿਰ ਚੁੱਕਿਆ ਤੇ ਪੁੱਛਿਆ ਕਿਆ ਬਾਤ ਹੈਂ ਅੰਗੂਰੀ ਅੰਗੂਰੀ ਪਹਿਲੋ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀ ਫਿਰ ਹੌਲੀ ਜਿਹੀ ਆਖਣ ਲੱਗੀ ਬੀਪੀ ਜੀ ਮuje ਪੜਨਾ ਸਿਖਾ ਦੋ ਕਿਆ ਹੁਆ ਅੰਗੂਰੀ ਮੇਰਾ ਨਾਮ ਲਿਖਨਾ ਸਿਖਾ ਦੋ ਕਿਸ ਕੋ ਖਤ ਲਿਖੋਗੀ ਅੰਗੂਰੀ ਨੇ ਜਵਾਬ ਨਾ ਦਿੱਤਾ ਤੇ ਬੱਟ ਬੱਟ ਮੇਰੇ ਮੂੰਹ ਵੱਲ ਤੱਕਦੀ ਰਹੀ ਪਾਪ ਨਹੀਂ ਲੱਗੇਗਾ ਪੜ੍ਹਨੇ ਸੇ ਬੈ ਫੇਰ ਪੁੱਛਿਆ ਅੰਗੂਰੀ ਨੇ ਫੇਰ ਵੀ ਜਵਾਬ ਨਾ ਦਿੱਤਾ ਤੇ ਬੱਟ ਬੱਟ ਸਾਹਮਣੇ ਅਸਮਾਨ ਵੱਲ ਤੱਕਣ ਲੱਗ ਪਈ ਕਿ ਦੁਬਾਰਾ ਦੀ ਗੱਲ ਸੀ ਮੈਂ ਅੰਗੂਰੀ ਨੂੰ ਨਹਿਮ ਦੇ ਰੌਖੇਟ ਬੈਠੀ ਛੱਡ ਕੇ ਅੰਦਰ ਆ ਗਈ ਸੀ ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ ਤਾਂ ਵੇਖਿਆ ਅੰਗੂਰੀ ਅਜੇ ਵੀ ਨਹਿਮ ਦੇ ਰੌਖੇਟ ਬੈਠੀ ਹੋਈ ਹੈ ਬੜੀ ਗੁੱਝਾ ਮੁਝਾ ਹੋਈ ਸ਼ਾਇਦ ਐਸ ਲਈ ਕਿ ਤਰਕਾਲਾਂ ਦੀ ਠੰਡ ਪਿੰਡੇ ਵਿੱਚ ਮਾੜੀ-ਮਾੜੀ ਕੰਬੜੀ ਛੇੜਨ ਲੱਗ ਪਈ ਸੀ ਮੈਂ ਅੰਗੂਰੀ ਦੀ ਪੈਠ ਵਾਲੇ ਪਾਸੇ ਸਾਂ ਅੰਗੂਰੀ ਦੇ ਮੂੰਹ ਵਿੱਚ ਇੱਕ ਗੀਤ ਸੀ ਪਰ ਨਿਰਾ ਸਿਸਕੀ ਵਰਗਾ ਮੇਰੀ ਮੁੰਦਰੀ ਮੇ ਲਾਗੋ ਨਗੀਨਵਾ ਉਹ ਬੈਰੀ ਕੈਸੇ ਕਾਟੂ ਜੋ ਬਨਵਾ ਅੰਗੂਰੀ ਨੇ ਮੇਰੇ ਪੈਰਾਂ ਦੀ ਵੜਕ ਸੁਣ ਲਈ ਮੂੰਹ ਮੋੜ ਕੇ ਤੱਕਿਆ ਤੇ ਫਿਰ ਆਪਣੇ ਗੀਤ ਨੂੰ ਆਪਣੇ ਮੂੰਹ ਵਿੱਚ ਮੀਟ ਲਿਆ ਤੂੰ ਤਾਂ ਬਹੁਤ ਅੱਛਾ ਗਾਤੀ ਹੈ ਅੰਗੂਰੀ ਸਾਹਮਣੇ ਦੱਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿੱਚ ਕੰਬ ਦੇ ਅਥਰੂ ਮੋੜ ਲੈ ਤੇ ਉਹਨਾਂ ਦੀ ਥਾਂਵੇਂ ਆਪਣੇ ਹੋਠਾਂ ਉੱਤੇ ਇੱਕ ਕੰਬ ਦਾ ਹਾਸਾ ਰੱਖ ਦਿੱਤਾ ਮੈਨੂੰ ਗਾਣਾ ਨਹੀਂ ਆਤਾ आता है जे तो तेरी सखी गाती थी उसी से सुना था फिर मुझे भी सुनाओ ऐसे ही गिनती है वर्ष की चार महीने ठंडी होती है चार महीने गर्मी और चार महीने वर्षा ऐसे नी गा के सुनाओ अंगूरी ने गाया तन्ना पर 12 महिना दा वेरवा इंज गिन दित्ता ਜਿਵੇਂ ਉਹ ਸਾਰਾ ਹਿਸਾਬ ਆਪਣੀ ਉਂਗਲਾਂ ਉੱਤੇ ਕਰਦੀ ਪਈ ਹੋਵੇ ਚਾਰ ਮਹੀਨੇ ਰਾਜਾ ਠੰਢੀ ਹੋਬਤ ਹੋ ਥਰ ਥਰ ਕਾਂਪੇ ਕਰੀਜ਼ਵਾ ਚਾਰ ਮਹੀਨੇ ਰਾਜਾ ਗਰਮੀ ਹੋਬਤ ਹੋ ਥਰ ਥਰ ਕਾਂਪੇ ਪਵਨਵਾ ਚਾਰ ਮਹੀਨੇ ਰਾਜਾ ਵਰਖਾ ਹੋਬਤ ਹੋ ਥਰ ਥਰ ਕਾਂਪੇ ਵਦਰਵਾ ਅੰਗੂਰੀ ਅੰਗੂਰੀ ਬੱਟ ਬੱਟ ਮੇਰੇ ਮੂੰਹ ਵੱਲ ਵੇਖਣ ਲੱਗ ਪਈ ਮਨ ਵਿੱਚ ਆਇਆ ਇਸ ਦੇ ਮੋਢੇ ਉੱਤੇ ਹੱਥ ਰੱਖ ਕੇ ਪੁੱਛਾਂ ਚਲਿਏ ਕਿਤੇ ਜੰਗਲੀ ਬੂਟੀ ਤਾਂ ਨਹੀਂ ਖਾ ਲਈ ਮੇਰਾ ਹੱਥ ਉਹਦੇ ਮੋਢਿਆਂ ਉੱਤੇ ਰੱਖਿਆ ਵੀ ਗਿਆ ਸੀ ਪਰ ਮੈਂ ਗੱਲ ਪੁੱਛਣ ਦੀ ਥਾਂ ਮੈਂ ਪੁੱਛਿਆ ਤੂੰ ਨੇ ਖਾਣਾ ਵੀ ਖਾਇਆ ਹੈ ਕਿ ਨਹੀਂ ਖਾਣਾ ਅੰਗੂਰੀ ਨੇ ਮੂੰਹ ਉਤਾਂ ਕਰਕੇ ਤੱਕਿਆ ਉਹਦੇ ਮੋਢੇ ਉੱਤੇ ਰੱਖੇ ਹੋਏ ਹੱਥ ਹੀਠਾ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ ਖਬਰੇ ਹੁਣੇ ਹੁਣੇ ਜਿਹੜਾ ਉਹਨੇ ਗੀਤ ਗਾਇਆ ਸੀ ਵਰਖਾ ਰੁੱਤ ਵਿੱਚ ਕੰਬਣ ਵਾਲੇ ਬੱਦਲਾਂ ਦਾ ਗਰਮੀ ਦੀ ਰੁੱਤੇ ਕੰਬਣ ਵਾਲੀ ਪੌਣ ਦਾ ਸਿਆਣਾ ਦੀ ਰੁੱਤੇ ਕੰਬਣ ਵਾਲੇ ਕਲੇਜੇ ਦਾ ਉਸ ਕੀਤੀ ਸਾਰੀ ਕੰਬਣੀ ਅੰਗੂਰੀ ਦੇ ਪਿੰਡੇ ਵਿੱਚ ਸਮਾਈ ਹੋਈ ਸੀ ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਾਰ ਕਰਦੀ ਹੈ ਪਰ ਬਾਹਤੀ ਮਾਲਕਾਂ ਦੀ ਰੋਟੀ ਬਣਾ ਦਾ ਮਾਲਕਾਂ ਦੇ ਘਰੋਂ ਖਾਂਦਾ ਹੈ ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਾਰ ਨਹੀਂ ਹੁੰਦਾ ਐਸ ਲਈ ਮੈਂ ਫੇਰ ਆਖਿਆ ਤੂੰ ਨੇ ਜ ਰੋਟੀ ਬਣਾਈ ਹੈ ਕਿ ਨਹੀਂ ਅਭੀ ਨਹੀਂ ਸਵੇਰੇ ਬਣਾਈ ਥੀ ਚਾਹੇ ਪੀਤੀ ਚਾਹੇ ਅੱਜ ਤੋਂ ਦੁੱਧ ਹੀ ਨਹੀਂ ਥਾ ਭਾਜੀ ਦੁੱਧ ਕਿਉਂ ਨਹੀਂ ਲਿਆਤਾ? ਉਹ ਤੋਂ ਮੈਂ ਲੇਤੀ ਨਹੀਂ। ਉਹ ਤੋਂ ਤੂੰ ਰੋਜ਼ ਜਾਣੀ ਪੀਤੀ। ਪੀਤੀ ਹੂੰ। ਫਿਰ ਅੱਜ ਕੀ ਹੂਆ? ਦੁੱਧ ਤੋਂ ਉਹ ਰਾਮਤਾਰਾ। ਰਾਮਤਾਰਾ। ਰਾਮਤਾਰਾ ਸਾਡੇ ਮਹੱਲੇ ਦਾ ਚੌਂਕੀਦਾਰ। ਸਾਰਿਆਂ ਦਾ ਸਾਂਝਾ ਚੌਂਕੀਦਾਰ। ਸਾਰੀ ਰਾਤ ਪਹਿਰਾ ਦਿੰਦਾ। ਉਹ ਸਵੇਰ ਸਾਡਾ ਡਾਡਾ ਨੂੰ ਨੀਂਦ ਰ ਆਉਂਦਾ ਹੈ। ਮੈਨੂੰ ਯਾਦ ਆਇਆ ਕਿ ਜਦੋਂ ਅੰਗੂਰੀ ਨਹੀਂ ਸੀ ਆਈ। ਉਸ ਸਵੇਰੇ ਸਾਰ ਸਾਡੇ ਘਰ ਵਿੱਚੋਂ ਚਾਹ ਪੀ ਕੇ ਉਹ ਖੂਹ ਦੇ ਲਾਗੇ ਮੰਜੀ ਡਾਹ ਕੇ ਸੌ ਜਾਂਦਾ ਹੁੰਦਾ ਸੀ ਤੇ ਹੁਣ ਜਦ ਤੋਂ ਅੰਗੂਰੀ ਆਈ ਸੀ ਉਹ ਸਵੇਰੇ ਸਾਰ ਕਿਸੇ ਗਵਾਲੇ ਕੋਲੋਂ ਦੁੱਧ ਲੈ ਲੈਂਦਾ ਸੀ ਅੰਗੂਰੀ ਦੇ ਚੁੱਲ੍ਹੇ ਉੱਤੇ ਚਾਹ ਦਾ ਪਤੀਲਾ ਚਾੜਦਾ ਸੀ ਤੇ ਅੰਗੂਰੀ ਪਰਵਾਤੀ ਤੇ ਰਾਮ ਤਾਰਾ ਤਿੰਨੇ ਜਣੇ ਚੁੱਲ੍ਹੇ ਦੇ ਦਿਵਾਲੇ ਬਹਿ ਕੇ ਚਾਹ ਪੀਂਦੇ ਸਨ ਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਰਾਮ ਤਾਰਾ ਪਿਛਲੇ ਤਿੰਨਾਂ ਦਿਨਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਹੋਇਆ ਹੈ ਮੈਨੂੰ ਇੱਕ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ ਤੂੰ ਗੂਰੀ ਤੂੰ ਨੇ 3 ਦਿਨ ਸੇ ਚਾਹ ਨਹੀਂ ਪੀਂ ਅੰਗੂਰੀ ਨੇ ਜ਼ੁਬਾਨ ਨਾਲ ਕੁਝ ਨਾ ਆਖਿਆ ਨਾ ਵਿੱਚ ਸਿਰ ਫੇਰ ਦਿੱਤਾ ਰੋਟੀ ਵੀ ਨਹੀਂ ਖਾਈ ਅੰਗੂਰੀ ਕੋਲੋਂ ਬੋਲਿਆ ਨਾ ਗਿਆ ਦੱਸਦਾ ਪਿਆ ਸੀ ਕਿ ਜੇ ਅੰਗੂਰੀ ਨੇ ਰੋਟੀ ਖਾਦੀ ਵੀ ਹੋਵੇਗੀ ਤਾਂ ਨਾ ਖਾਣ ਵਰਗੀ ਰਾਮਤਾਰੀ ਦੀ ਸਾਰੀ ਦਿੱਖ ਮੈਨੂੰ ਚੇਤੇ ਆ ਗਈ ਬੜੇ ਫਰਤੀਲੇ ਹੱਥ ਬੜਾ ਸਾਊ ਮੂੰਹ ਜੀਤੇ ਕੋਲ ਨਿਮਮ ਨਿਮਾ ਹੱਸਦੀਆਂ ਤੇ ਸ਼ਰਮਾਉਂਦੀਆਂ ਅੱਖਾਂ ਜੀਦੀ ਜਵਾਨ ਕੋਲ ਗੱਲ ਕਰਨ ਦਾ ਇੱਕ ਖਾਸ ਸਲੀਕਾ ਹੈ। ਅੰਗੂਰੀ ਜੀ ਕਹੀਂ ਜੰਗਲੀ ਬੂਟੀ ਤੋਂ ਨਹੀਂ ਖਾ ਲਈ ਤੂੰ ਨੇ। ਅੰਗੂਰੀ ਦੇ ਮੂੰਹ ਉੱਤੇ ਪਰਲ-ਪਰਲਾ ਥਰੂ ਵਗ ਪਿਆ। ਇੰਨਾ ਆਥਰੂਆਂ ਨੇ ਬਾਗ-ਬਾਗ ਕੇ ਅੰਗੂਰੀ ਦੀਆਂ ਜਲੂਟੀਆਂ ਨੂੰ ਭਿਉਂ ਦਿੱਤਾ। ਤੇ ਫਿਰ ਇੰਨਾ ਆਥਰੂਆਂ ਨੇ ਬਾਗ-ਬਾਗ ਕੇ ਜਦੋਂ ਉਹਦੇ ਹੋਠਾਂ ਨੂੰ ਭਿਉਂ ਦਿੱਤਾ ਤਾਂ ਅੰਗੂਰੀ ਦੇ ਮੂੰਹੋਂ ਨਿਕਲੇ ਹਰਫ ਵੀ ਗਿੱਲੇ ਸਨ। ਮୋझे ਕਸਮ ਲਾਗੇ ਜੋ ਮੈਨੇ ਉਸਕੇ ਹੱਥ ਸੇ ਕਭੀ ਮਿਠਾਈ ਖਾਈ ਹੋ ਮੈਨੇ ਪਾਨ ਵੀ ਕਭੀ ਨਹੀਂ ਖਾਇਆ ਸਿਰਫ ਚਾਹ ਜਾਣੇ ਉਸਨੇ ਚਾਹੇ ਮੇਂ ਹੀ ਤੇ ਅਗੋਂ ਅੰਗੂਰੀ ਦੀ ਸਾਰੀ ਆਵਾਜ਼ ਉਹਦੇ ਹੱਥੂਆਂ ਵਿੱਚ ਡੁੱਬ ਗਈ ਤੁਸੀਂ ਸੁਣ ਰਹੇ ਸੀ ਅਮਰਤਾ ਪ੍ਰੀਤਮ ਦੀ ਕਹਾਣੀ ਜੰਗਲੀ ਬੂਟੀ